ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਵਡੋਦਰਾ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ। ਉਹਨਾਂ ਦੀ ਨਾਮਜ਼ਦਗੀ ਸਮੇਂ ਪੱਤਰ ਤੇ ਸਮਰਥਕ ਤੌਰ ਤੇ ਇੱਕ ਚਾਹ ਵਿਕਰੇਤਾ ਅਤੇ ਸ਼ਹਿਰ ਦੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੇ ਦਸਤਖਤ ਕੀਤੇ ਨੇ। ਗੁਜਰਾਤ ਦੇ ਊਰਜਾ ਮੰਤਰੀ ਸੌਰਭ ਪਟੇਲ ਨੇ ਦੱਸਿਆ ਕਿ ਚਾਹ ਵਿਕਰੇਤਾ ਕਿਰਨ ਮਹੀਡਾ ਅਤੇ ਸ਼ਾਹੀ ਪਰਿਵਾਰ ਦੇ ਮੈਂਬਰ ਸੁਭਾਗਿਨੀ ਦੇਵੀ ਰਾਜੇ ਗਾਇਕਵਾੜ ਮੋਦੀ ਦੇ ਨਾਮਜ਼ਦਗੀ ਪੱਤਰ ਤੇ ਸਮਰਥਨ ਦੇ ਤੌਰ ਤੇ ਦਸਤਖਤ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਦੋ ਹੋਰ ਸਮਰਥਕ ਨੀਲਾ ਮਕਰੰਦ ਦੇਸਾਈ ਅਤੇ ਸ਼ਹਿਰ ਦੀ ਭਾਜਪਾ ਇਕਾਈ ਦੇ ਪ੍ਰਧਾਨ ਭੁਪਿੰਦਰ ਪਟੇਲ ਵੀ ਮੋਦੀ ਦੇ ਨਾਮਜ਼ਦ ਪੱਤਰ ਤੇ ਦਸਤਖਤ ਕੀਤੇ ਹੋਏ ਨੇ। मैं भारतीय जनता पार्टी का बहुत बड़ा आभारी हूं। मुझे विश्वास है कि बड़ौदा लोकसभा क्षेत्र के सभी मतदाता उमंग और उत्साह के साथ लोकतंत्र के इस पावन पर्व चुनाव को उत्साह और उमंग से मनाएंगे और 30 तारीख को भारी मतदान करके कमल के निशान पर बटन दबा करके भारतीय जनता पार्टी को भव्य विजय दिलाएंगे। खबरां दी दुनिया विच आओ, साडे नाल कदे भी ते कितों भी जुड़ो। आपां मिलांगे फेसबुक ते, असी दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात। Oh,